ਇਹ ਸਪਿਰਚੁਅਲ ਸੈਗਮੈਂਟ AMC ਇੰਸ਼ੋਰੈਂਸ ਸਰਵਿਸਿਜ਼ ਵੱਲੋਂ ਸਪਾਂਸਰ ਕੀਤਾ ਗਿਆ ਹੈ। 604-507-6666 ਤੇ ਫੋਨ ਕਰੋ। ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਸੈਗਮੈਂਟ ਵਿੱਚ। ਸਾਥ ਮੇਰਾ ਦੇਣਗੇ ਗਿਆਨੀ ਸਵਰਨ ਸਿੰਘ ਜੀ ਅਤੇ ਇੱਕ ਅਸੀਂ ਸੀਰੀਜ਼ ਸ਼ੁਰੂ ਕੀਤੀ ਹੈ ਜਿਸ ਵਿੱਚ ਕਿ ਜਿਹੜੇ ਅਸੀਂ ਅੱਜ ਭਰਮਾਂ 'ਚ ਫਸਦੇ ਜਾ ਰਹੇ ਹਾਂ ਉਸ 'ਚੋਂ ਕਿਵੇਂ ਬਾਹਰ ਨਿਕਲਣਾ ਹੈ ਉਹ ਸਾਡਾ ਮੁੱਖ ਫੋਕਸ ਹੈ। ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਜਿਹੜੇ ਸਾਨੂੰ ਉਪਦੇਸ਼ ਕਰਦੇ ਨੇ ਕੀ ਕਹਿੰਦੇ ਨੇ ਕਿਸ ਤਰੀਕੇ ਨਾਲ ਅਸੀਂ ਇਹਨਾਂ ਭਰਮਾਂ 'ਚੋਂ ਬਾਹਰ ਨਿਕਲ ਕੇ ਆਪਣੇ ਜੀਵਨ ਵਿੱਚ ਖੁਸ਼ੀਆਂ ਲਿਆਈਏ ਇਸ ਨੂੰ ਮੁੱਖ ਰੱਖ ਕੇ ਆਓ ਜਾਣਕਾਰੀ ਲੈਂਦੇ ਹਾਂ ਗਿਆਨੀ ਸਵਰਨ ਸਿੰਘ ਜੀ ਤੋਂ। ਗਿਆਨੀ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਪਿਛਲੀ ਵਾਰ ਜੋ ਅਸੀਂ ਗੱਲ ਕਰ ਰਹੇ ਸੀ ਕਿ ਇਹ ਚੀਜ਼ਾਂ ਦੇ ਵਿੱਚ ਅਸੀਂ ਇਹਨਾਂ ਮੁਲਕਾਂ 'ਚ ਵੀ ਰਹਿੰਦੇ ਹੋਏ ਫਸਦੇ ਜਾ ਰਹੇ ਹਾਂ, ਅਖਬਾਰਾਂ ਸਾਡੀਆਂ ਭਰੀਆਂ ਹੋਈਆਂ ਨੇ, ਇੱਥੋਂ ਤੱਕ ਕਿ ਜਿਹੜੇ ਆਪਣੇ ਆਪ ਨੂੰ ਨਾਸਤਿਕ ਵੀ ਲੋਕ ਪਾਉਂਦੇ ਨੇ ਉਹਨਾਂ ਵੱਲੋਂ ਵੀ ਚੈਲੰਜ ਕੀਤਾ ਜਾਂਦਾ ਇਹਨਾਂ ਪੰਡਤਾਂ ਨੂੰ, ਜੋਤਸ਼ੀਆਂ ਨੂੰ ਕਿ ਅਸੀਂ $1,00,000 ਦਾਂਗੇ ਜੇਕਰ ਤੁਸੀਂ ਸਾਬਤ ਕਰ ਦਿਓ। ਪਰ ਉਸਦੇ ਬਾਵਜੂਦ ਜਿੱਥੇ ਤੱਕ ਤੁਹਾਡੇ ਵਰਗੇ ਲੋਕ ਬਾਰ ਬਾਰ ਇਹ ਹੋਕਾ ਦਿੰਦੇ ਹੋ ਤੁਸੀਂ ਕਿ ਨਹੀਂ ਇਹ ਚੀਜ਼ਾਂ 'ਚ ਕੁਝ ਪਿਆ ਬਾਹਰ ਨਿਕਲੋ, ਪਰ ਨਾਸਤਿਕ ਲੋਕ ਵੀ ਇਹ ਕਹਿੰਦੇ ਨੇ ਕਿ ਨਹੀਂ ਤੁਸੀਂ ਇਹ ਚੀਜ਼ਾਂ 'ਚ ਕੋਈ ਕੁਝ ਨਹੀਂ ਰੱਖਿਆ ਬਾਹਰ ਨਿਕਲੋ। ਪਰ ਉਸਦੇ ਬਾਵਜੂਦ ਅੱਜ ਸਰੀ ਸਾਡਾ ਇੱਕ ਕੇਂਦਰ ਬਣ ਚੁੱਕਿਆ ਹੈਗਾ। ਸੜਕਾਂ 'ਤੇ ਤੁਸੀਂ ਜਾਓ, ਪਹਿਲਾਂ ਤਾਂ ਕਿਤੇ ਕਿਤੇ ਨਜ਼ਰ ਆ ਜਾਂਦਾ ਸੀ, ਇੱਕ ਦੋ ਬੋਰਡ ਨਜ਼ਰ ਆਉਂਦੇ ਸੀ, ਪਰ ਹੁਣ ਘਰਾਂ ਦੇ ਵਿੱਚ ਵੀ ਤੁਸੀਂ ਆਪਣੀ ਹਸਤ ਰੇਖਾ ਲਿਖਵਾ ਕੇ ਆਪਣੇ ਜੀਵਨ ਨੂੰ ਬਦਲ ਸਕਦੇ ਹੋ। ਇਹਦੇ ਪੋਸਟਰਸ, ਇਹਦੇ ਬੈਨਰ ਸਾਨੂੰ ਨਜ਼ਰ ਆ ਰਹੇ ਨੇ, ਦੁਕਾਨਾਂ ਬਲਕਿ ਹੁਣ ਫੁੱਲ ਇਸਟੈਬਲਿਸ਼ਡ ਦੁਕਾਨਾਂ ਇਸ ਪਾਸੇ ਨੂੰ ਲੱਗੀਆਂ ਹੋਈਆਂ ਨੇ। ਅਗੇਨ ਜਿਹੜੇ ਲੋਕ ਵਿਸ਼ਵਾਸ ਕਰਦੇ ਨੇ, ਜਿਹੜੇ ਧਰਮਾਂ ਦੇ ਵਿੱਚ ਉਹਨਾਂ ਨੂੰ ਕਿਹਾ ਗਿਆ, ਮੁਬਾਰਕ ਉਹਨਾਂ ਨੂੰ। ਪਰ ਸਿੱਖ ਜਦੋਂ ਉੱਥੇ ਜਾਂਦਾ ਹੈ ਤਾਂ ਸਿੱਖ ਤੋਂ ਜੋ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਉਸਦੇ ਉਲਟੋ ਕਰ ਰਿਹਾ ਹੈਗਾ, ਪਰ ਫਿਰ ਵੀ ਇਹ ਚੀਜ਼ਾਂ ਸਾਡੇ 'ਤੇ ਭਾਰੂ ਹੁੰਦੀਆਂ ਜਾ ਰਹੀਆਂ। ਕੀ ਕਹਿੰਦੇ ਗੁਰੂ ਸਾਨੂੰ ਅਤੇ ਕਿਸ ਤਰ੍ਹਾਂ ਅਸੀਂ ਇਸ 'ਚੋਂ ਬਾਹਰ ਨਿਕਲਣਾ ਜੀ? ਦੇਖੋ, ਪਹਿਲੀ ਤਾਂ ਗੱਲ ਹੈ ਕਿ ਇੱਥੇ ਲੋਕ ਕਿਤੇ ਗਿਆਨ ਥੋੜ੍ਹਾ ਪ੍ਰਾਪਤ ਕਰਨ ਆਏ ਜੀ। ਕਿੰਨੇ ਹੋਣਗੇ ਜਿਹੜੇ ਇੱਥੇ ਗਿਆਨ ਪ੍ਰਾਪਤ ਕਰਨ ਆਏ? ਕੋਈ ਨਹੀਂ ਗਿਆਨ ਪ੍ਰਾਪਤ ਕਰਨ ਆਇਆ ਜੀ, ਇੱਥੇ ਸਿਰਫ ਪੈਸੇ ਲੈਣ ਆਏ ਆ। ਔਰ ਪੈਸੇ ਲੈਣ ਵਾਸਤੇ ਜਿੱਥੇ ਹਿੰਦੁਸਤਾਨ ਵਿੱਚ ਉਹ ਕਿਰਤ ਨੂੰ, ਜਿਹੜੀ ਕਿਰਤ ਹਿੰਦੁਸਤਾਨ ਵਿੱਚ ਜਿਹੜੇ ਇੱਥੇ ਕਰਦੇ ਆ ਜੀ, ਉਸ ਕਿਰਤ ਨੂੰ ਉਹ ਦਲਿਤ ਲੋਕਾਂ ਨਾਲ ਕਿਰਤ ਸਮਝਦੇ ਸੀ ਵੀ ਉਹ ਦਲਿਤ ਲੋਕਾਂ ਦੀ ਕਿਰਤ, ਅਸੀਂ ਤਾਂ ਹੱਥ ਨਹੀਂ ਲਾਉਣਾ। ਰਾਈਟ। ਅਤੇ ਉਹ ਲੋਕ ਉਹ ਧਨ ਇਕੱਠਾ ਕਰਨ ਲਈ ਇੱਥੇ ਆ ਕੇ ਉਹ ਸਾਰੇ ਨਿਖਿੱਧ ਕੰਮ ਕਰਦੇ ਨੇ ਜਿਹਨਾਂ ਨੂੰ ਨਿਖਿੱਧ ਸਮਝਦੇ ਸੀ, ਉਹਨਾਂ ਨੂੰ ਇੱਥੇ ਸ਼ਾਨ ਸਮਝਦੇ ਆ, ਠੇਕੇ ਲਏ ਹੋਏ ਨੇ। ਇਹਦਾ ਮਤਲਬ ਮਨੁੱਖ ਜਿਹੜਾ ਇੱਥੇ ਗਿਆਨ ਪ੍ਰਾਪਤ ਕਰਨ ਹੀ ਆਇਆ ਸੀ। ਔਰ ਸਾਡੇ ਲੋਕ ਜਿਹੜੇ ਨਾ, ਇੱਥੋਂ ਦੀ ਜਿਹੜੀ ਜਿਹੜੀ ਵਾਈਟ ਕਮਿਊਨਿਟੀ ਆ, ਜਾਂ ਗੋਰੇ ਜਿਹਨਾਂ ਨੂੰ ਕਹਿੰਦੇ ਆ, ਜਾਂ ਜਿਹੜੇ ਇੱਥੇ ਵੀ ਲੋਕ ਹੈਗੇ ਆ, ਉਹਨਾਂ ਦੇ ਜਿਹੜੇ ਰਸਮੋ ਰਿਵਾਜ਼ ਆ, ਅਸੀਂ ਇੱਕ ਵੀ ਇਖਤਿਆਰ ਨਹੀਂ ਕੀਤਾ। ਠੀਕ। ਅਸੀਂ ਸਾਨੂੰ 120 ਸਾਲ ਹੋ ਗਏ ਇੱਥੇ ਆਇਆਂ ਨੂੰ, ਲੇਕਿਨ ਅਸੀਂ ਇਹਨਾਂ ਦੀ ਇੱਕ ਗੱਲ ਨਹੀਂ ਸਿੱਖੀ ਹਾਲ ਤੱਕ, ਟਾਈਮ 'ਤੇ ਪਹੁੰਚਣਾ, ਟਾਈਮ 'ਤੇ ਕੰਮ ਕਰਨਾ, ਟਾਈਮ 'ਤੇ ਖਾਣਾ, ਪੰਕਚੁਅਲਿਟੀ ਅਸੀਂ ਸਿੱਖੀ ਨਹੀਂ। ਠੀਕ। ਦੂਜਾ, ਡਿਸਿਪਲਿਨ ਨਹੀਂ ਸਿੱਖਿਆ ਇੱਥੇ ਇਹਨਾਂ ਕੋਲੋਂ। ਤੀਜਾ, ਅਸੀਂ ਇਹਨਾਂ ਕੋਲੋਂ ਜਿੱਦਾਂ ਸਟੇਟ ਫਾਰਵਰਡ ਗੱਲਾਂ ਨਹੀਂ ਸਿੱਖੀਆਂ। ਚੌਥਾ, ਇਹਨਾਂ ਕੋਲ ਆਜ਼ਾਦ ਰਹਿਣਾ ਨਹੀਂ ਸਿੱਖਿਆ। ਪੰਜਵਾਂ, ਅਸੀਂ ਇਹਨਾਂ ਕੋਲ ਮੁਸਕਰਾਹਟ ਨਹੀਂ ਸਿੱਖੀ। ਠੀਕ। ਛੇਵਾਂ, ਇਹਨਾਂ ਕੋਲੋਂ ਅਸੀਂ ਖੁੱਲ੍ਹੇ ਤੌਰ 'ਤੇ ਸੋਚਣਾ ਨਹੀਂ ਸਿੱਖਿਆ। ਅਸੀਂ ਸਿਰਫ ਪੈਸਾ ਇਕੱਠਾ ਕਰਨਾ ਆ। ਜਦੋਂ ਅਸੀਂ ਪੈਸਾ ਇਕੱਠਾ ਕਰਨ ਆਉਂਦੇ ਹਾਂ ਵੀਰ ਜੀ, ਪੈਸਾ ਪਹਿਲਾਂ ਇਕੱਠਾ ਕਰਨ ਵਾਸਤੇ ਸਾਨੂੰ ਕੋਈ ਤਰੀਕਾ ਚਾਹੀਦਾ ਹੈ ਜੀ, ਕਿ ਬਗੈਰ ਕਿਸੇ ਕੰਮ ਤੋਂ ਪੈਸਾ ਇਕੱਠਾ ਕਰ ਲਈਏ। ਹੁਣ ਤੁਹਾਡਾ ਬੱਚਾ ਜਿਹੜਾ ਉਹ ਡਰੱਗਾਂ ਵੇਚਦਾ, ਸਪੋਜ਼ ਕੀਤਾ, ਔਰ ਡਰੱਗ ਗੈਂਗ 'ਚ ਚਲਾ ਗਿਆ, ਉਹਨੂੰ ਹਟਾਉਣ ਵਾਸਤੇ ਹੋਰ ਕਈ ਤਰੀਕੇ ਆ। ਉਹਨੂੰ ਉਹ ਕਹਿੰਦੇ ਵੀ ਡਰੱਗਾਂ ਬਿਛਕ ਵੇਚੀ ਜਾਏ, ਪਰ ਕਾਕਾ ਤੂੰ ਆਪਣੀ ਕਾਰ ਦੇ ਉੱਤੇ ਖੰਡਾ ਲਾ ਲਈ, ਜਾ ਕੇ ਕਾਲਾ ਧਾਗਾ ਬੰਨ ਲਈ ਜਾਂ ਕਾਲੀ ਲੀਰ ਬੰਨ ਲਈ, ਤਾਂ ਕਿ ਤੈਨੂੰ ਨਜ਼ਰ ਨਾ ਲੱਗ ਜਾਏ ਜਿਹੜਾ ਤੂੰ ਕੰਮ ਕਰਦਾ। ਠੀਕ। ਅੱਜ ਤੁਸੀਂ ਹਿੰਦੁਸਤਾਨ 'ਚ ਜਾ ਕੇ ਵੇਖੋ, ਟਰੱਕਾਂ ਉੱਤੇ, ਕਾਰਾਂ ਦੇ ਉੱਤੇ ਸਾਈਡਾਂ 'ਤੇ ਕਾਲੀਆਂ ਗੁੱਤਾਂ ਬਣੀਆਂ ਜੀ, ਪਿੱਛੇ ਵੀ ਬਣੀਆਂ ਆ, ਟਾਇਰਾਂ 'ਤੇ ਵੀ ਬਣੀਆਂ ਆ, ਔਰ ਨਾਲ ਖੰਡੇ ਵੀ ਲਾਏ ਆ, ਨਾਲ ਇੱਕ ਨਾਮ ਇੱਕ ਓਕਾਰ ਸਤਨਾਮ ਵੀ ਲਿਖਿਆ ਟੈਕਸੀ ਡਰਾਈਵਰ ਨੇ, ਸਰਦਾਰ ਨੇ, ਅਤੇ ਨਾਲੇ ਗੁੱਤਾਂ ਵੀ ਕਾਲੀਆਂ ਬਣੀਆਂ ਆ, ਤਾਂ ਕਿ ਅਸੀਂ ਤਾਂ ਬਣੀ ਆਇਆ ਵੀ ਚਾਹੇ ਅਸੀਂ ਟ੍ਰੈਫਿਕ ਦੇ ਰੂਲ ਚਲਾਈਏ ਜਾਂ ਨਾ ਚਲਾਈਏ, ਪਰ ਸਾਡੀ ਗੁੱਤ ਜਿਹੜੀ ਨਾ ਬੰਨੀ ਉਹ ਸਾਡਾ ਐਕਸੀਡੈਂਟ ਅਗਰ ਕਰਨ ਦੇਵੇ, ਸਾਨੂੰ ਬਚਾ ਲਵੇ, ਭਾਵੇਂ ਅਸੀਂ ਟ੍ਰੈਫਿਕ ਦੇ ਰੂਲ ਨੂੰ ਨਾ ਫੋਲੋ ਕਰੀਏ। ਜਦੋਂ ਇਹ ਤੁਹਾਡੇ ਦਿਮਾਗ ਵਿੱਚ ਇਹ ਗੱਲ ਆਉਂਦੀ ਆ ਕਿ ਮੈਂ ਪੈਸਾ ਕਮਾਵਾਂ, ਭਾਵੇਂ ਬੇਈਮਾਨੀ ਕਰਕੇ ਕਮਾਵਾਂ, ਹੇਰਾਫੇਰੀ ਕਰਕੇ ਕਮਾਵਾਂ, ਪਰ ਮੇਰਾ ਵਾਲ ਬਿੰਗਾ ਨਾ ਹੋਵੇ, ਫਰਜ਼ ਕੀਤਾ ਤੁਹਾਡੇ ਇਨਕਮ ਟੈਕਸ ਵਾਲੇ ਨੇ ਤੁਹਾਨੂੰ ਫੜ ਲਿਆ, ਤੁਹਾਨੂੰ ਨੋਟਿਸ ਦੇ ਦਿੱਤਾ,
ਹੁਣ ਚਾਹੀਦਾ ਤਾਂ ਇਹ ਵੀ ਇਨਕਮ ਟੈਕਸ ਨੋਟ ਤਾਂ ਤੁਸੀਂ ਤਿਆਰ ਬਾਰ ਤਿਆਰ ਹੋ ਕੇ ਜਾਵੋ, ਆਪਣਾ ਰਿਕਾਰਡ ਪੱਕਾ ਰੱਖੋ ਅਤੇ ਅਸੀਂ ਵੀ ਜਾ ਕੇ ਬਾਬੂ ਨੂੰ ਪੁੱਛਣ ਜਾਂਦੇ ਹਾਂ ਜਾਂ ਗੁਰਦੁਆਰੇ ਅਰਦਾਸ ਕਰਾਉਂਦੇ ਹਾਂ ਵੀ ਸਾਡਾ ਟੈਕਸ ਵਾਲਿਆਂ ਨੇ ਸਾਡਾ ਹੁਣ ਘਰ ਦੇਖਣ ਆਉਣਾ ਅਤੇ ਸੱਚੇ ਪਾਤਸ਼ਾਹ ਸਾਨੂੰ ਬਚਾ ਲਈ ਉੱਥੇ। ਸੋ ਇਹ ਮਤਲਬ ਮੇਨ ਮਕਸਦ ਤੁਹਾਡਾ ਆਤਮਕ ਤੌਰ 'ਤੇ ਤਰੱਕੀ ਕਰਨਾ ਇੱਥੇ ਨਹੀਂ ਹੈਗਾ। ਤਾਂ ਜਦੋਂ ਤੁਹਾਡਾ ਆਤਮਕ ਤਰੱਕੀ ਕਰਨ ਦਾ ਇੱਥੇ ਸਾਡਾ ਪਲੈਨ ਹੀ ਕੋਈ ਨਹੀਂ, ਤੁਸੀਂ ਹੈਰਾਨ ਹੋਵੋਗੇ ਕਿ ਜਦੋਂ ਗੋਰੇ ਲੋਕ ਕਿਸੇ ਦੇਸ਼ ਆਪਣੇ ਕੈਨੇਡਾ ਦੇ ਮੁਲਕ ਦਾ ਕੋਈ ਇਸ ਮੁਲਕ ਦੇ ਸੁਧਾਰ ਲਈ ਜਦੋਂ ਇਕੱਠੇ ਹੁੰਦੇ ਆ, ਆਪਣਾ ਕੋਈ ਬੰਦਾ ਨਹੀਂ ਉੱਥੇ ਹੁੰਦਾ ਜੀ। ਜਦੋਂ ਕਿਸੇ ਗਲਤ ਕੰਮ ਦੇ ਖਿਲਾਫ ਆਵਾਜ਼ ਉਠਾਉਂਦੇ ਆ, ਆਪਣਾ ਕੋਈ ਬੰਦਾ ਨਹੀਂ ਹੁੰਦਾ। ਹੁਣ ਇੱਥੇ ਜਦੋਂ ਜੂਆਖਾਨਾ ਖੁੱਲ੍ਹਣਾ ਸੀ, ਸਿਟੀ ਹਾਲ ਵਿੱਚ ਵਿਰੋਧਤਾ ਕਰਨੀ ਸੀ ਤਾਂ ਗੋਰੇ ਸੀ ਉੱਥੇ ਸਾਰੇ, ਆਪਣਾ ਬੰਦਾ ਕੋਈ ਉੱਥੇ ਨਹੀਂ ਸੀ, ਕਿਉਂਕਿ ਸਾਨੂੰ ਕੀ ਜੂਆ ਖੇਡੀ ਜਾਣ। ਇਸ ਮੁਲਕ ਦੇ ਬਾਰੇ ਪਿਆਰ ਸਾਨੂੰ ਕੋਈ ਨਹੀਂ ਬਹੁਤਿਆਂ ਨੂੰ, ਸਾਨੂੰ ਸਿਰਫ ਪਿਆਰ ਹੈਗਾ ਆਪਣੇ ਪੈਸੇ ਨਾਲ। ਸੋ ਇਸ ਕਾਰਨ ਕਰਕੇ ਹੀ ਲੋਕ ਉਹ ਸਾਰੇ ਕੰਮ ਕਰਦੇ ਆ ਜੋ ਇੰਡੀਆ ਕਰਦੇ ਸੀ। ਜਿਹੜਾ ਨਜ਼ਰ ਦਾ ਜ਼ਿਕਰ ਕੀਤਾ ਹੈਗਾ ਗੁਰਬਾਣੀ ਅਨੁਸਾਰ, ਸਾਨੂੰ ਥੋੜ੍ਹਾ ਜਿਹਾ ਦੱਸੋ, ਕਿਉਂਕਿ ਇਹ ਵੀ ਇੱਕ ਅੱਜ ਬਹੁਤ ਟ੍ਰੈਂਡ ਜਿਹੜਾ ਦੇਖਣ ਨੂੰ ਮਿਲ ਰਿਹਾ। ਹੁਣ ਤਾਂ ਇੱਥੋਂ ਤੱਕ ਹੈਗਾ ਕਿ ਸੜਕਾਂ ਦੇ ਵਿੱਚ ਵੀ ਸਰੀ ਦੇ ਵਿੱਚ ਤੁਸੀਂ ਜਾਓ ਤਾਂ ਤੁਹਾਨੂੰ ਨਿੰਬੂ ਅਤੇ ਉਹ ਮਿਰਚਾਂ ਸੈਂਟਰ 'ਚ ਪਈਆਂ ਨਜ਼ਰ ਆ ਜਾਂਦੀਆਂ ਹੈਗੀਆਂ। ਇਹ ਨਜ਼ਰ ਕੀ ਕੋਈ ਕਿਸੇ ਦੀ ਲੱਗ ਸਕਦੀ? ਦੇਖੋ ਗੱਲ ਇਹ ਆ ਵੀ ਆ ਗੋਰ ਸਾਡੇ ਨਿਆਣਾ ਜਦੋਂ ਛੋਟਾ ਜਾਂਦਾ ਨਾ ਜੀ 2-3 ਸਾਲ ਦਾ, ਅਤੇ ਉਹ ਸਾਡੀਆਂ ਬੀਬੀਆਂ ਕਰਦੀਆਂ, ਜੇ ਜ਼ਿਆਦਾ ਥੋੜ੍ਹਾ ਰੰਗ ਚਿੱਟਾ ਹੋ ਜਾਏ ਤਾਂ ਸਾਡੇ ਤਾਂ ਕਾਲੇ ਰੰਗ ਸੀਗੇ, ਪਰ ਜੇ ਬੜਾ ਚਿੱਟਾ ਹੋਵੇ ਨਾ ਤਾਂ ਉਹਦੇ ਮੱਥੇ ਦੇ ਉੱਤੇ ਕਾਲ ਖਿਲਾਰਦੀਆਂ ਬੁੜੀਆਂ, ਕਾਹਤੇ ਕਹਿੰਦੇ ਜੀ ਨਜ਼ਰ ਨਾ ਲੱਗ ਜਾਏ। ਤਾਂ ਹੁਣ ਗੋਰਿਆਂ ਦੇ ਨਿਆਣੇ ਤਾਂ ਸਾਰੇ ਚਿੱਟੇ ਆ, ਇਹਨਾਂ 'ਤੇ ਕਿਸੇ ਦੀ ਨਜ਼ਰ ਨਹੀਂ ਲੱਗਦੀ। ਅੱਛਾ ਦੂਜੀ ਗੱਲ ਇਹ ਵੀ ਆ ਕਿ ਸਾਡੇ ਨਾਲੋਂ ਜੇ ਤੁਸੀਂ ਦੇਖੋ ਨਾ, ਇਹ ਗੋਰੇ ਲੋਕ ਜਿਹੜੇ ਨਾ ਇਹ ਜਿਤਨੀ ਕਮਾਈ ਹੁੰਦੀ ਨਾ ਘਰ ਦੀ ਡੈਕੋਰੇਸ਼ਨ 'ਤੇ ਲਾ ਦਿੰਦੇ ਆ, ਕਿਤੇ ਇਹਨਾਂ ਦੇ ਘਰ ਸਵਾਰੇ ਦੇਖੋ ਬੈਸਟ ਇਹਨਾਂ ਦੇ ਘਰ ਬਣਾਏ ਹੁੰਦੇ ਆ ਬਹੁਤੇ ਲੋਕਾਂ ਦੇ, ਅਤੇ ਉਹਨਾਂ ਨੇ ਕਦੀ ਬਾਹਰ ਕੁਛ ਨਹੀਂ ਲਾਇਆ ਵੀ ਸਾਡੇ ਘਰ ਨੂੰ ਨਜ਼ਰ ਲੱਗ ਜੂਗੀ। ਅਤੇ ਸਾਡੇ ਲੋਕ ਨਜ਼ਰ ਵਾਲੀ ਗੱਲ ਜਿਹੜੀ ਨਾ ਇਹ ਨਜ਼ਰ ਦੀਆਂ ਵੀ, ਕਿਉਂਕਿ ਵੇਦਾਂ ਦੇ ਵਿੱਚ ਸ਼ਾਸਤਰਾਂ ਵਿੱਚ ਕਹਾਣੀਆਂ ਆਉਂਦੀਆਂ ਨਜ਼ਰ ਲੱਗ ਕੇ। ਦੇਖੋ ਨਾ ਜੇ ਅਸੀਂ ਸਾਰੀ ਰਮਾਇਣ ਦੀ ਕਥਾ ਸੁਣੀਏ ਅਤੇ ਜਾਂ ਉਹ ਸਰਾਫ ਦੀ ਆ ਤਾਂ ਜਾਂ ਵਰਦੀ ਆ ਜਾਂ ਨਜ਼ਰ ਲੱਗਣ ਦੀ ਆ, ਇੱਦਾਂ ਹੀ ਮਹਾਂਭਾਰਤ ਦੀ ਕਹਾਣੀ ਸਾਰੀ ਆ। ਸੋ ਮੇਰੇ ਵੀਰ ਇਹ ਤਾਂ ਸਾਡੇ ਜੜ੍ਹਾਂ 'ਚ ਪਾ ਦਿੱਤਾ ਕਿ ਨਜ਼ਰ ਲੱਗ ਜਾਂਦੀ ਆ। ਹਾਂ ਅਸੀਂ ਇਹ ਗੱਲ ਦੇਖਦੇ ਹਾਂ ਕਿ ਵੈਸੇ ਤਾਂ ਤੁਹਾਡੀ ਬਿਰਤੀ ਦਾ ਅਸਰ ਦੂਸਰੇ ਬੰਦੇ 'ਤੇ ਹੁੰਦਾ ਜੀ, ਤੁਹਾਡੀ ਬਿਰਤੀ ਦਾ ਅਸਰ ਦੂਜੇ ਬੰਦੇ 'ਤੇ ਹੁੰਦਾ ਆ, ਲੇਕਿਨ ਜੇ ਦੂਆ ਬੰਦਾ ਆਪਣੇ ਵੱਲੋਂ ਮਜ਼ਬੂਤ ਆ ਤਾਂ ਤੁਹਾਡੀ ਨਜ਼ਰ ਬਿਲਕੁਲ ਤੁਹਾਡਾ ਮਤਲਬ ਬਿਰਤੀ ਦਾ ਉੱਤੇ ਕੋਈ ਅਸਰ ਨਹੀਂ ਹੋਵੇਗਾ। ਅਤੇ ਆਪਣੀ ਅੰਦਰਲੀ ਬਿਰਤੀ ਨੂੰ ਤਕੜਾ ਕਰ ਕੀਤਾ ਜਾਵੇ ਤਾਂ ਕਿ ਕਿਸੇ ਦੀ ਕੋਈ ਵੀ ਥੋਟ ਜਿਹੜਾ ਤੁਹਾਡੇ 'ਤੇ ਅਸਰ ਨਾ ਕਰੇ, ਉਹ ਨਹੀਂ ਕਰਨਾ। ਉਲਟਾ ਅਸੀਂ ਉਹ ਬਚਣ ਲਈ, ਆਪਣੀ ਕਮਜ਼ੋਰੀ ਨੂੰ ਬਚਾਉਣ ਲਈ ਅਸੀਂ ਕੋਈ ਮਿਰਚਾਂ ਹੁਣ ਜਿੱਦਾਂ ਫਰਜ਼ ਕੀਤਾ ਕੋਈ ਬੱਚਾ ਰੋਣ ਲੱਗ ਪਿਆ ਜੀ, ਹੁਣ ਇੱਥੇ ਬੱਚਾ ਰੋਵੇ ਤਾਂ ਆਪਾਂ ਡਾਕਟਰ ਕੋਲ ਜਾਈਦਾ, ਚੈੱਕ ਕਰੋ ਜੀ ਕੀ ਪ੍ਰੋਬਲਮ ਆ, ਅਤੇ ਸਾਡੇ ਝਟਪਟ ਡਾਇਗਨੋਸ ਕਰ ਲਈਦੀਆਂ, ਨਜ਼ਰ ਲੱਗੇ ਹੋਣੀ ਆ ਉੱਤੋਂ ਦੀ ਮਿਰਚਾਂ ਉੱਤੋਂ ਦੀ ਘੁਮਾ ਕੇ ਅਤੇ ਇੱਕਦਮ ਫਿਰ ਉਸੇ ਵੇਲੇ ਉਹ ਚੂਹੜੇ 'ਚ ਛੱਡ ਦਿਓ। ਇਹ ਸਾਡੀਆਂ ਬੀਬੀਆਂ ਦੀ ਡਾਇਗਨੋਸ ਆ ਅਤੇ ਇਹ ਇੱਕ ਬੜੀ ਸੌਖੀ ਆ। ਅੱਛਾ ਹੁਣ ਬੱਚਾ ਜਿਹੜਾ ਉਹ ਇੱਕ ਵਾਰੀ ਸਿੰਘ ਸਭਾ ਲਹਿਰ ਵੇਲੇ ਨਾ ਜੀ ਕਿਸੇ ਪੀਰ ਨੇ, ਪੀਰ ਦੇ ਚੇਲੇ ਨੇ ਕਿਸੇ ਛੋਟੇ ਜਿਹੇ ਬੱਚੇ ਦੇ ਨਾ ਜਿੱਥੋਂ ਦੀ ਮਤਲਬ ਉਹਨੂੰ ਪਖਾਨਾ ਆਉਂਦਾ ਸੀ ਉੱਥੇ ਪੱਖੜਾ ਲਾ ਤਾ, ਬੱਚਾ ਰੋਣ ਲੱਗ ਪਿਆ ਉੱਚੀ ਉੱਚੀ, ਤਾਂ ਰੋਣ ਲੱਗ ਪਿਆ ਤਾਂ ਰੌਲਾ ਇਹ ਪਾਤਾ ਵੀ ਇਹਨੂੰ ਪੀਰ ਚਿੰਬੜ ਗਿਆ, ਇਹਨਾਂ ਨੇ ਇਹ ਲੈ ਕੇ ਚਲੋ ਪੀਰਾਂ ਦੇ, ਉਹ ਜਦੋਂ ਪੀਰਾਂ ਦੇ ਲੈ ਕੇ ਤੁਰੀ ਜਾਣ ਹੁਣ ਬੱਚਾ ਚੀਕਾਂ ਮਾਰੇ ਪਤਾ ਨਹੀਂ ਲੱਗੇ ਕੀ ਗੱਲ ਹੈਗੀ ਆ। ਤਾਂ ਉਹ ਕੋਈ ਗੁਰਸਿੱਖ ਸੀਗਾ ਜਿਹੜਾ ਇਸ ਗੱਲ ਨੂੰ ਕਹਿੰਦਾ ਮੈਨੂੰ ਬੱਚਾ ਫੜਾਇਓ, ਉਹਨੇ ਸਾਰੇ ਜਦੋਂ ਚੈੱਕ ਕੀਤਾ ਤਾਂ ਪੱਖੜਾ ਨਿਕਲਿਆ, ਜਦੋਂ ਪੱਖੜਾ ਕੱਢ ਤਾਂ ਬੱਚਾ ਬਿਲਕੁਲ ਚੁੱਪ ਹੋ ਗਿਆ, ਕਹਿੰਦੇ ਆਹ ਸੀ ਪੀਰ। ਸਾਡਾ ਮਤਲਬ ਇਹ ਹੈਗਾ ਕਿ ਅਸੀਂ ਪ੍ਰੋਬਲਮ ਤੱਕ ਨਹੀਂ ਜਾਂਦੇ, ਉਹਦੇ ਹੱਲ ਤੱਕ ਨਹੀਂ ਜਾਂਦੇ, ਉਲਟਾ ਅਸੀਂ ਕੋਈ ਹੋਰ ਤਰੀਕਾ ਲੱਭਦੇ ਹਾਂ ਕਿ ਪ੍ਰੋਬਲਮ ਦੇ ਮੁੱਢ ਨੂੰ ਪਛਾਣੇ ਬਗੈਰ ਅਸੀਂ ਕਿਸੇ ਹੋਰ ਦਾ ਸਹਾਰਾ ਲੈਂਦੇ ਹਾਂ। ਸੋ ਇਸ ਕਰਕੇ ਮੈਂ ਜਿਹੜੀ ਗੱਲ ਫਿਰ ਦੱਸਣ ਲੱਗਾ ਕਿ ਸਾਡੇ ਜੇ ਇੱਥੇ ਆਉਣ ਦਾ ਮਕਸਦ ਸਿਰਫ ਪੈਸਾ ਕਮਾਉਣਾ ਸੀ, ਬੜੇ ਬੜੇ ਘਰ ਬਣਾਉਣੇ ਸੀ, ਬੜੇ ਬੜੀਆਂ ਕਾਰਾਂ ਰੱਖਣੀਆਂ ਸੀ, ਤਾਂ ਫਿਰ ਸਾਨੂੰ ਬਾਕੀ ਗੱਲਾਂ ਦੇ ਨਾਲ ਕੋਈ ਸੰਬੰਧ ਨਹੀਂ, ਅਧਿਆਤਮਕ ਗਿਆਨ ਲੈਣ ਦੀ ਲੋੜ ਨਹੀਂ। ਅਸੀਂ ਕਹਿੰਦੇ ਹਾਂ ਕਿ ਇਹਦਾ ਵਿਹਲਿਆਂ ਲੋਕਾਂ ਦਾ ਕੰਮ ਆ ਗਿਆਨ ਲੈਣਾ, ਸਾਡਾ ਤਾਂ ਕੰਮ ਸਿੱਧਾ ਹੀ ਆ ਫਿਰ ਉੱਥੇ ਪੈਸੇ ਚੜਾਓ ਅਤੇ ਆਪਣੇ ਸਾਰੇ ਦੁੱਖ ਦੂਰ ਕਰਾ ਲਓ, ਕਿਉਂਕਿ ਠੇਕਾ ਲਿਆ ਹੈਗਾ ਅਤੇ ਇਸ ਕਰਕੇ ਉਹਨਾਂ ਦਾ ਕੰਮ ਚੱਲੀ ਜਾਂਦਾ ਅਤੇ ਇਹਨਾਂ ਦਾ ਕੰਮ ਜਿਹੜਾ ਆ ਉਹ ਉਹਨਾਂ ਦੇ ਗਾਹਕ ਬਣੀ ਜਾਂਦੇ ਆ ਅਤੇ ਉੱਥੇ ਕਮਾਈ ਚਲੀ ਜਾਂਦੀ ਆ। ਪਰ ਗੁਰੂ ਜੀ ਨੇ ਗੱਲ ਬਹੁਤ ਅਖੀਰ 'ਤੇ ਕਿਹਾ, ਆਪਾਂ ਜਿਹੜੀ ਸਮਾਪਤੀ ਕਰਨੀ ਆ, ਉਹਨਾਂ ਨੇ
ਸਾਰੇ ਕਰਮ ਕਾਂਡ ਸਤਿਗੁਰੂ ਜੀ ਨੇ ਕਰਮ ਧਰਮ ਪਾਖੰਡ ਜੋ ਦਿਸੇ ਤਿੰਨ ਜਮ ਜਗਾਤੀ ਲੁੱਟੇ ਨਿਰਵਾਣ ਕੀਰਤਨ ਗਾਵ ਉਹ ਕਰਤੇਗਾ ਨਿਮਕ ਸਿਮਰਜਤ ਛੁੱਟੇ ਸੰਤੋ ਸਾਗਰ ਪਾਰ ਉਤਰੀਏ ਸਾਰਿਆਂ ਪੁਆੜਿਆਂ ਦਾ ਸਾਗਰ ਜਿਹੜਾ ਨੇ ਪਾਰ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰਪ੍ਰਸਾਦੀ ਤਰੀਏ ਜਿਹੜਾ ਕੋਈ ਬੰਦਾ ਗੁਰੂਆਂ ਦੇ ਬਚਨ ਨੂੰ ਕਮਾਵੇਗਾ ਉਹ ਗੁਰੂ ਦੀ ਕਿਰਪਾ ਦੇ ਨਾਲ ਹਰ ਫੀਲਡ ਵਿੱਚ ਤਰ ਜਾਏਗਾ ਲੰਘ ਜਾਏਗਾ ਗੁਰੂ ਦੇ ਬਚਨ ਦੀ ਕਮਾਈ ਕਰਨੀ ਸਿੱਖ ਦਾ ਇੱਕ ਸਭ ਤੋਂ ਵੱਡਾ ਫਰਜ਼ ਵਾ ਔਰ ਉਸਦੇ ਲਾਗੇ ਛਾਗੇ ਕੋਈ ਨਹੀਂ ਆਉਂਦਾ ਕਿਉਂਕਿ ਨਾਲ ਤੁਸੀਂ ਪੜ੍ਹਦੇ ਹਾਂ ਤਿੱਥੇ ਤੂੰ ਸਮਰੱਥ ਜਿੱਥੇ ਕੋਏ ਨਾ ਹੈ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ ਤਾਂ ਨਾਲੇ ਅਸੀਂ ਪੜ੍ਹਦੇ ਹਾਂ ਊਠ ਸੁਖੀਆ ਬੈਠ ਸੁਖੀਆ ਪੌ ਨਹੀਂ ਲਾਗੇ ਜੈਸੇ ਬੁਝਿਆ ਰਾਖਾਂ ਏਕ ਹਮਾਰਾ ਸਵਾਮੀ ਸਗਲ ਘਟਾਂਕਾ ਅੰਤਰ ਜਾਮੀ ਜੇ ਤੁਹਾਨੂੰ ਇੱਥੇ ਵਿਸ਼ਵਾਸ ਵਾ ਤੁਹਾਡੇ 'ਤੇ ਕੋਈ ਨਜ਼ਰ ਨਹੀਂ ਲੱਗੇਗੀ ਮੈਂ ਫਿਰ ਅਖੀਰ 'ਤੇ ਸਤਿਗੁਰੂ ਜੀ ਨੇ ਜਿਹੜੇ ਬਚਨ ਬੋਲੇ ਨਾ ਮੈਂ ਸੁਣਾਉਣ ਲੱਗਾ ਜੀ ਲੇਕਿਨ ਬ੍ਰੇਕ ਦਾ ਸਮਾਂ ਜੀ ਵਾਪਸ ਆ ਕੇ ਤੁਹਾਡੇ ਤੋਂ ਸਰਵਣ ਕਰਦੇ ਹਾਂ ਕਿ ਗੁਰੂ ਸਾਹਿਬ ਕੀ ਕਹਿ ਰਹੇ ਨੇ ਅਤੇ ਅਸੀਂ ਕਿਸ ਪਾਸੇ ਨੂੰ ਤੁਰ ਰਹੇ ਹਾਂ ਅਤੇ ਕਿਸ ਤਰ੍ਹਾਂ ਅਸੀਂ ਆਪਣੀ ਅਲਾਈਨਮੈਂਟ ਚੇਂਜ ਕਰਕੇ ਗੁਰੂ ਦੇ ਰਸਤੇ 'ਤੇ ਤੁਰਨਾ ਇਹਨਾਂ ਪਖੰਡ ਤੋਂ ਬਾਹਰ ਨਿਕਲ ਕੇ ਇਹ ਕਰਮ ਕਾਂਡਾਂ 'ਚੋਂ ਬਚਣਾ ਇਸ ਬਾਰੇ ਜਾਣਕਾਰੀ ਲੈਣੇ ਇਸ ਬ੍ਰੇਕ ਤੋਂ ਬਾਅਦ ਠੀਕ ਹੈ ਇਹ ਸਪਿਰਚੁਅਲ ਸੈਗਮੈਂਟ AMC ਇੰਸ਼ੋਰੈਂਸ ਸਰਵਿਸਿਜ਼ ਵੱਲੋਂ ਸਪੋਂਸਰ ਕੀਤਾ ਗਿਆ ਹੈ 604-507-6666 'ਤੇ ਫੋਨ ਕਰੋ 50 ਸਾਲ ਤੋਂ ਵੱਧ ਤੁਹਾਡੀ ਸੇਵਾ ਵਿੱਚ ਲੱਗਾ ਕੈਨੇਡਾ ਦਾ ਨੰਬਰ 1 ਬ੍ਰਾਂਡ ਮਿਲਸਟ੍ਰੀਮ ਆਟਾ ਡਾਕਟਰਸ ਦੁਆਰਾ ਦੱਸਿਆ ਜਾਂਦਾ ਹੈ ਕਿ ਕੁਝ ਲੋਕਾਂ ਨੂੰ ਗਲੂਟਨ ਤੋਂ ਐਲਰਜੀ ਹੁੰਦੀ ਹੈ ਇਸ ਨਾਲ ਭਾਰ ਘਟਾਉਣ ਵਿੱਚ ਮੁਸ਼ਕਿਲ ਡਿਪਰੈਸ਼ਨ ਸਿਰ ਦਰਦ ਥਕਾਨ ਚਿੜਚਿੜਾਪਣ ਅਤੇ ਹੋਰ ਵੀ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸੇ ਲਈ ਤੁਹਾਡੇ ਪਰਿਵਾਰ ਲਈ ਮਿਲਸਟ੍ਰੀਮ ਲਿਆਇਆ ਹੈ ਗਲੂਟਨ ਫ੍ਰੀ ਆਟਾ ਹੁਣ ਗਲੂਟਨ ਤੋਂ ਡਰਨ ਦੀ ਲੋੜ ਨਹੀਂ ਅੱਜ ਹੀ ਲਿਆਓ ਮਿਲਸਟ੍ਰੀਮ ਗਲੂਟਨ ਫ੍ਰੀ ਆਟਾ ਮਿਲਸਟ੍ਰੀਮ ਆਟਾ ਖਾਓ ਸਿਹਤ ਬਣਾਓ ਇਹ ਸਪਿਰਚੁਅਲ ਸੈਗਮੈਂਟ AMC ਇੰਸ਼ੋਰੈਂਸ ਸਰਵਿਸਿਜ਼ ਵੱਲੋਂ ਸਪਾਂਸਰ ਕੀਤਾ ਗਿਆ ਹੈ 604-507-6666 'ਤੇ ਫੋਨ ਕਰੋ ਕਰਮ ਕਾਂਡਾਂ 'ਚੋਂ ਕਿਵੇਂ ਬਾਹਰ ਨਿਕਲਣਾ ਗੁਰੂ ਸਾਨੂੰ ਕੀ ਉਪਦੇਸ਼ ਕਰ ਰਿਹਾ ਇਸ ਬਾਰੇ ਅਸੀਂ ਅੱਜ ਚਰਚਾ ਕਰ ਰਹੇ ਹਾਂ ਅਤੇ ਮੇਰਾ ਸਾਥ ਦੇ ਰਹੇ ਨੇ ਗਿਆਨੀ ਸਵਰਨ ਸਿੰਘ ਜੀ ਪਿਛਲੇ 3 ਐਪੀਸੋਡਸ ਦੇ ਵਿੱਚ ਅਸੀਂ ਇਹ ਗੱਲਾਂ ਬਾਤਾਂ ਨੂੰ ਵਿਸਥਾਰ ਵਿੱਚ ਗੱਲਬਾਤ ਕੀਤੀ ਹੈ ਅਤੇ ਅੱਜ ਇਸ ਲਾਸਟ ਸੈਗਮੈਂਟ ਵਿੱਚ ਮੁੜ ਤੋਂ ਚੀਜ਼ਾਂ ਦੁਹਰਾਵਾਂਗੇ ਕਿਉਂਕਿ ਜ਼ਰੂਰਤ ਹੈ ਵਾਰ ਵਾਰ ਸਾਡੇ ਦਿਮਾਗ ਵਿੱਚ ਇਹ ਗੱਲ ਬਹਿਣ ਦੀ ਕਿ ਅੱਜ ਜੋ ਅਸੀਂ ਕਰ ਰਹੇ ਹਾਂ ਉਹ ਗੁਰੂ ਦੀ ਮਤ ਅਨੁਸਾਰ ਨਹੀਂ ਕਰ ਰਹੇ ਅਸੀਂ ਆਪਣੀ ਮਤ ਨੂੰ ਅੱਗੇ ਲਿਆ ਰਹੇ ਹਾਂ ਜਿਹੜੇ ਵਿਅਕਤੀ ਤਾਂ ਵਿਸ਼ਵਾਸ ਕਰਦੇ ਨੇ ਉਹਨਾਂ ਨੂੰ ਮੁਬਾਰਕਬਾਦ ਕਿਉਂਕਿ ਜਿਸ ਧਰਮ ਵਿੱਚ ਜੇਕਰ ਇਹਨਾਂ ਚੀਜ਼ਾਂ ਦੇ ਬਾਰੇ ਉਪਦੇਸ਼ ਕੀਤਾ ਗਿਆ ਉਹਨਾਂ ਨੂੰ ਮੁਬਾਰਕਬਾਦ ਪਰ ਇੱਕ ਸਿੱਖ ਜਦੋਂ ਇਹ ਸਭ ਕੁਝ ਕਰ ਰਿਹਾ ਤਾਂ 2 ਪੀੜ੍ਹੀਆਂ ਵਿੱਚ ਸਵਾਰ ਹੋ ਕੇ ਕਿਤੇ ਵੀ ਨਹੀਂ ਪਹੁੰਚਾਂਗੇ ਅਤੇ ਉਸਦਾ ਫਲਸਰੂਪ ਅੱਜ ਘਰਾਂ ਦੇ 'ਚ ਵੀ ਅਸ਼ਾਂਤੀ ਹੈ ਅਸੀਂ ਬਹੁਤ ਮਿਹਨਤ ਕਰਕੇ ਇੱਥੇ ਪੈਸਾ ਕਮਾਉਂਦੇ ਹਾਂ ਪਰ ਜਦੋਂ ਇਹ ਪੈਸਾ ਕਿਸੇ ਨੇਕ ਕੰਮ 'ਚ ਨਾ ਲੱਗਣ ਦੀ ਬਜਾਏ ਇਹਨਾਂ ਕੰਮਾਂ 'ਤੇ ਲਾ ਦਿੰਦੇ ਹਾਂ ਤਾਂ ਆਪ ਤੁਸੀਂ ਦੇਖੋ ਕਿ ਕਿਸ ਪਾਸੇ ਅਸੀਂ ਆਪਣੀ ਜੋ ਮਿਹਨਤ ਹੈ ਉਸਨੂੰ ਉਜਾੜ ਰਹੇ ਹਾਂ ਆਓ ਹੋਰ ਜਾਣਕਾਰੀ ਲੈਣੇ ਗਿਆਨੀ ਸਵਰਨ ਸਿੰਘ ਜੀ ਤੋਂ ਜੀ ਗਿਆਨੀ ਜੀ ਸਤਿਗੁਰੂ ਜੀ ਕਹਿੰਦੇ ਨੇ ਹਰ ਕਾ ਨਾਮ ਜਪਤ ਦੁੱਖ ਜਾਏ ਨਾਨਕ ਬੋਲੇ ਸਹਿਜ ਪਾਏ ਜੀ ਜੋ ਸਹਿਜ ਪਾਏ ਦਾ ਮਤਲਬ ਕੁਨੈਕਸ਼ਨ ਵਿਦ ਵਾਹਿਗੁਰੂ ਕਿ ਰੱਬ ਨਾਲ ਮੇਰਾ ਸਹਿਜ ਵਿੱਚ ਕੁਨੈਕਸ਼ਨ ਹੋਇਆ ਤਾਂ ਮੈਨੂੰ ਇਹ ਮੈਸੇਜ ਮਿਲਿਆ ਕਿ ਪ੍ਰਭੂ ਦਾ ਨਾਮ ਜਿਹੜਾ ਨਾ ਉਸਦੇ ਨਾਲ ਹੀ ਸਾਰੇ ਦੁੱਖ ਤੁਹਾਡੇ ਦੂਰ ਹੋ ਜਾਂਦੇ ਹਨ ਜੀ ਤਾਂ ਤਾਂ ਅਸੀਂ ਆਪਣੇ ਸਾਰੇ ਮੁਸੀਬਤਾਂ ਅਤੇ ਦੁੱਖਾਂ ਦਾ ਟਾਕਰਾ ਕਰਨ ਲਈ ਇੱਕ ਤਾਂ ਅਸੀਂ ਸਬਕ ਸਿੱਖੀਏ ਹਰ ਦੁੱਖ ਵਿੱਚੋਂ ਜੀ ਦੇਖੋ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਛੋਟੀ ਉਮਰ ਤੋਂ ਲੈ ਕੇ 42 ਸਾਲ ਦੀ ਉਮਰ ਦੇ ਸਫ਼ਰ ਵਿੱਚ ਜੀ ਉਹਨਾਂ ਨੇ ਮੁਸੀਬਤਾਂ ਠੀਕ ਮੁਸੀਬਤਾਂ ਸਾਨੂੰ ਦਿਖਾਲੀਆਂ ਜੀ ਔਰ ਜਿਹਨਾਂ ਨੇ ਮੁਸੀਬਤਾਂ ਨਾਲ ਉਹਨਾਂ ਦੇ ਵੇਖੀਆਂ ਉਹਨਾਂ ਨੂੰ ਵੀ ਉਹਨਾਂ ਨੇ ਉਹਨਾਂ ਮੁਸੀਬਤਾਂ ਦੇ ਨਾਲ ਵਾਹ ਪਾ ਕੇ ਇੱਕ ਕਿਸਮ ਦਾ ਐਕਸਪੈਰੀਮੈਂਟ ਕਰਾਇਆ ਜੀ ਜਿਸ ਤਰ੍ਹਾਂ ਤੁਸੀਂ ਬੱਚੇ ਨੂੰ ਉਂਗਲ ਲਾ ਕੇ ਉਹਨੂੰ ਬਾਹਰ ਜਾਂਦੇ ਆ ਹਰ ਜਗ੍ਹਾ ਦੀ ਮੁਸ਼ਕਲਾਂ ਵੀ ਪੀਂਘਾ ਜੇ ਝਟਾਇਆ ਵੀ ਪੀਂਘਾ ਡਰ ਲੱਗਾ ਤਾਂ ਵੀ ਝਟਾਇਆ ਵੀ ਚੱਲ ਬਈ ਚੱਲ ਮੇਰੇ ਨਾਲ ਇੱਕ ਝੂਟਾ ਲੈ ਫਿਰ ਤੁਹਾਨੂੰ ਅਗਲੀ ਵਾਰੀ ਕਹੋ ਮੈਨੂੰ ਫਿਰ ਹੋਰ ਝੂਟਾ ਦਿਓ ਪਹਿਲਾਂ ਡਰੇਗਾ ਡਰਦਾ ਇੱਦਾਂ ਹੀ ਤੁਸੀਂ ਉਹਨੂੰ ਉੱਪਰ ਚਾਹੋਗੇ ਹੁਣ ਇੱਥੇ ਦੀਆਂ ਮਾਵਾਂ ਕੀ ਕਰਦੀਆਂ ਆਪਣੇ ਬੱਚਿਆਂ ਨੂੰ ਚੱਕ ਕੇ ਬਰਫ਼ 'ਚ ਸੁੱਟ ਦਿੰਦੀਆਂ ਠੀਕ ਜਾਂ ਦੌੜ ਭੱਜ ਤਾਂ ਸਾਡੇ ਕਹਿੰਦੇ ਤੇਰਾ ਨੱਕ ਜੋੜ ਲੱਗ ਪਊ ਤੇਰੇ ਬੱਚੇ ਨਾ ਠੰਡ ਲੱਗ ਜਾਊ ਤੈਨੂੰ ਤਾਂ ਫਲੂ ਹੋ ਜਾਊਗਾ ਤੇਰੇ ਤਾਂ ਹਵਾ ਲੱਗ ਜੂਗੀ ਹੁਣ ਅਸੀਂ ਇੱਦਾਂ ਕਹਿੰਦੇ ਹਾਂ ਪਰ ਉਹ ਗੋਰਿਆਂ ਦੀਆਂ ਬੱਚੀਆਂ ਕਹਿੰਦੀਆਂ ਨਹੀਂ ਚੱਲ ਬਾਹਰ ਨਿਕਲ ਮੀਂਹ ਵਿੱਚ ਭੱਜਾ ਫਿਰ ਸਿਰ ਆਪਣਾ ਗਿੱਲਾ ਕਰ
ਹੁਣ ਸਾਡੇ ਕਹਿੰਦੀਆਂ ਜੇ ਵੀਰਵਾਰ ਨੂੰ ਤੁਸੀਂ ਨਾ ਲਿਆ ਤੇ ਤੇਰਾ ਵੀਰਾ ਜਿਹੜਾ ਉਹ ਤਾਂ ਮਰ ਜਾਏਗਾ ਛੇਤੀ, ਇੱਕ ਭਰਾ ਹੋਇਆ ਤੁਹਾਡੇ ਤਾਂ ਜੇ ਸਿਰ 'ਤੇ ਪਾਣੀ ਪੈ ਗਿਆ ਤਾਂ। ਆ ਗੋਰੀਆਂ ਵਿਚਾਰੀਆਂ ਦੇ ਰੋਜ਼ ਪਾਣੀ ਪੈਂਦੇ, ਪਤਾ ਨਹੀਂ ਉਹਦੇ ਭਰਾ ਰਹਿੰਦੇ ਕਿ ਨਹੀਂ ਰਹਿੰਦੇ ਕਈ। ਸੋ ਮੇਰਾ ਮਤਲਬ ਇਹ ਕਹਿਣ ਦਾ ਕਿ ਸਤਿਗੁਰੂ ਜੀ ਨੇ ਕਿਹਾ ਹਰ ਕਾ ਨਾਮ ਜਪਤ ਦੁੱਖ ਜਾਏ, ਦੁੱਖਾਂ ਬੋਲੀ ਸਭ ਕਰਦੇ ਹਾਂ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਤਾਂ ਹੈ ਕਿ ਦੁੱਖ ਤੁਹਾਡੇ ਜਾਂਦੇ ਰਹਿਣਗੇ, ਦੂਜਾ ਦੁੱਖਾਂ ਦਾ ਮੁਕਾਬਲਾ ਕਰਦੀ ਤੁਹਾਡੇ 'ਚ ਸ਼ਕਤੀ ਆਵੇ, ਅਤੇ ਜੇ ਮੁਸੀਬਤਾਂ ਦਾ ਮੁਕਾਬਲਾ ਕਰਨ ਵਾਸਤੇ ਤੁਹਾਨੂੰ ਸ਼ਕਤੀ ਚਾਹੀਦੀ ਹੈ ਉਹ ਕਰ ਗਈ ਤਾਂ ਪਾਤਸ਼ਾਹ ਜੀ ਨੇ ਹਰ ਮੁਸੀਬਤ ਦਾ ਟਾਕਰਾ ਕਰਨ ਲਈ ਤੁਹਾਨੂੰ ਸ਼ਕਤੀਸ਼ਾਲੀ ਬਣਾਇਆ ਜੀ। ਹੋਰ ਐਡਾ ਵੱਡਾ ਜਿਹੜਾ ਉਹਨਾਂ ਨੇ ਨਾਟਕ ਦਿਖਾ ਲਿਆ ਸੰਸਾਰ ਵਿੱਚ, ਉਹ ਉਹਨਾਂ ਦਾ ਮਕਸਦ ਇਹੋ ਹੀ ਸੀ ਕਿ 40 ਸਿੰਘਾਂ ਦੇ ਮੂਹਰੇ 10 ਲੱਖ ਦੀ ਵੀ ਮੁਕਾਬਲਾ ਕਰਨਾ ਪੈ ਜਾਏ, ਜੇ ਤੁਹਾਨੂੰ ਠੰਡੇ ਬੁਰ 'ਚ ਵੀ ਕੈਦ ਕਰ ਦੇਵੇ, ਜੇ ਤੁਹਾਨੂੰ ਰੰਬੀ ਨਾਲ ਖੋਪਰੀ ਵੀ ਲਾ ਦੇਵੇ, ਤੁਹਾਨੂੰ ਉਪਲ ਦੀ ਦੇਗ ਵਿੱਚ ਵੀ ਉਬਾਲ ਦੇਵੇ, ਤੁਹਾਨੂੰ ਕੋਈ ਬੰਦ ਤੁਹਾਡਾ ਕੱਟ ਸੁੱਟੇ, ਤਾਂ ਵੀ ਤੁਸੀਂ ਐਨ ਇੱਕ ਥਾਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸੁਨੇਹਰ ਪੈ ਨਹੀਂ ਜਾ ਕੇ, ਕੰਚਨ ਮਾਟੀ ਮਾਨੇ, ਬਿਲਕੁਲ ਤੂੰ ਉੱਥੇ ਵੀ ਤੂੰ ਖੜਾ ਰਹਿ। ਠੀਕ, ਸਤਿਗੁਰੂ ਜੀ ਨੇ ਇਸ ਕਰਕੇ ਇੱਥੇ ਗੱਲ ਕਹੀ ਆ, ਸੁਣਿਓ ਐ ਸਿੱਖ, ਚਾਰ ਪਦਾਰਥ ਜੇ ਕੋ ਮੰਗੇ ਫਿਰ ਕੀ ਕਰ, ਜੋਤਸ਼ੀਆਂ ਕੋ ਜਾ, ਨਹੀਂ ਸਾਰ ਜਨਾ ਕੀ ਸੇਵਾ ਲਾਗੇ। ਠੀਕ, ਸਾਰ ਜਨ ਕੌਣ ਨੇ, ਜੋ ਗੁਰਮੁਖ ਪਿਆਰੇ ਨਾਮ ਦੇ ਰਸੀਏ ਨੇ, ਉਹਨਾਂ ਦੀ ਸੇਵਾ ਕਰ। ਸੇਵਾ ਤੋਂ ਇਹ ਨਹੀਂ ਕਿ ਤੁਸੀਂ ਮਨ ਮਨ ਦੇ ਉਹਨੂੰ ਖਿਲਾਉਣੀ ਸ਼ੁਰੂ ਕਰ ਦਿਓ, ਨਹੀਂ ਸੇਵਾ ਦਾ ਮਤਲਬ ਕਿ ਉਹਨਾਂ ਦੇ ਤੁਸੀਂ ਜਾ ਕੇ ਮਾਣ ਸਤਿਕਾਰ ਕਰੋ ਔਰ ਉਹਨਾਂ ਕੋਲੋਂ ਗਿਆਨ ਪ੍ਰਾਪਤ ਕਰੋ। ਠੀਕ, ਹੋਰ ਸਾਧਾਂ ਦੀ ਸੇਵਾ ਕਰੋ, ਇਹ ਥੋੜ੍ਹਾ ਮੋਟੇ ਕਰਨਾ ਉਹਨਾਂ ਨੂੰ, ਸਾਰ ਜਨਾ ਕੀ ਸੇਵਾ ਲਾਗੇ ਤਾਂ ਫਿਰ ਸੇਵਾ ਦਾ ਅਰਥ ਇਹ ਵੀ ਹੁੰਦਾ ਕਿ ਜਿਹੜਾ ਉਹਨਾਂ ਦਾ ਜੀਵਨ ਹੈਗਾ ਸਾਧ ਜਨਾ ਦਾ, ਉਸ ਨੂੰ ਤੁਸੀਂ ਅਪਣਾਓ। ਅਤੇ ਗੁਰੂ ਜੀ ਫਿਰ ਕਹਿੰਦੇ ਨੇ, ਜੇ ਕੋ ਆਪਣਾ ਦੁੱਖ ਮਿਟਾਵੇ, ਹੁਣ ਆ ਗਏ ਨਾ ਸਾਰੀ ਪ੍ਰੋਬਲਮ ਦਾ ਹੱਲ, ਉਹ ਨਹੀਂ ਕਰਨਾ ਜਿਹੜਾ ਪਿੱਛੇ ਕਰਮ ਕਾਂਡ ਸੀ, ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਦੇ ਸਦਕਾਵੇ, ਭਗਤੀ ਕਰ ਰੱਬ ਦੀ ਪਰਵਾਹ ਨਾ ਕਰ, ਜੇ ਤੈਨੂੰ ਦੁੱਖ ਵੀ ਆਉਂਦਾ ਉਹਦਾ ਵੀ ਮੁਕਾਬਲਾ ਕਰ ਇਸ ਤਰ੍ਹਾਂ ਭਗਤੀ ਕਰਕੇ, ਜੇ ਕੋ ਆਪਣੀ ਸੋਭਾ ਲੋੜੇ, ਮੇਰੀ ਬੱਲੇ ਬੱਲੇ ਹੋ ਜਾਏ, ਬੱਲੇ ਬੱਲੇ ਕਰਨ ਵਾਸਤੇ ਕਿੰਨਾ ਅਸੀਂ ਕਹਿੰਦੇ ਕਿ ਮੈਂ ਦੇਖੋ ਨਵਾਂ ਇੰਡੀਆ ਦੇਖਿਆ, MLA ਬਣਨਾ, ਜੋਤਸ਼ੀਆਂ ਕੋ ਜਾਓ, ਬਾਹਮਣਾਂ ਕੋ ਜਾਓ, ਜਾਂ ਜਾ ਕੇ ਖੰਡ ਪਾਠ ਕਰਾਓ, ਫਿਰ ਮੈਂ ਜੋਤਸ਼ੀਆਂ 'ਚ ਜਾਵਾਂ। ਆ ਦੇਖੋ ਨਾ ਸਾਡੇ ਜਿੰਨੇ ਵਜ਼ੀਰ ਸੀਗੇ ਉਹ ਰਾਮ ਰਹੀਮ ਕੋ ਵੀ ਤੁਰੇ ਫਿਰਦੇ ਨੇ, ਫਿਰ ਸਾਨੂੰ ਕੋ ਵਰ ਦੇ ਦਿਓ, ਅਸੀਂ ਅੱਗੇ ਚੱਲ ਜਾਈਏ। ਅਤੇ ਉਹ ਇਹ ਨਹੀਂ ਕੰਮ ਕਰਦੇ ਵੀ ਅਸੀਂ ਲੋਕਾਂ ਦੀ ਭਲਾਈ ਕਰੀਏ, ਸਾਨੂੰ ਲੋਕ ਆਪ ਹੀ ਵੋਟਾਂ ਪਾਉਣਗੇ, ਔਰ ਜੋਤਸ਼ੀਆਂ ਨੂੰ ਕਹਿੰਦੇ ਸਾਨੂੰ ਤੁਸੀਂ ਕਾਮਯਾਬ ਕਰ ਦਿਓ, ਸਾਰੇ ਫੇਲ ਹੋ ਗਏ, ਜਿੰਨੇ ਅਕਾਲੀ ਤਾਂ ਸਾਰੇ ਫੇਲ ਹੋ ਗਏ ਨਾ, ਜਿਨ੍ਹਾਂ ਨੇ ਜੋਤਸ਼ੀਆਂ ਕੋਲ ਫੀਸਾਂ ਵੀ ਦਿੱਤੀਆਂ, ਉਹਨਾਂ ਨੇ ਲੱਖਾਂ ਰੁਪਈਏ ਉਹਨਾਂ ਨੇ ਇੱਕੋ ਇੱਕੋ ਰਾਤ ਵਿੱਚ ਪੇਟਾਂ ਚੜਾ ਦਿੱਤੇ। ਗੁਰੂ ਜੀ ਕਹਿੰਦੇ ਨੇ, ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਦੇ ਸਦ ਗਾਵੇ, ਫਿਰ ਦੇਖੋ ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗੇ ਹੋਮੇ ਛੋਰੇ, ਕਿੰਨਾ ਸੋਹਣਾ ਤਰੀਕਾ ਦੱਸਿਆ ਕਿ ਜੇ ਤੂੰ ਆਪਣੀ ਬੱਲੇ ਬੱਲੇ ਸੋਭਾ ਚਾਹੁੰਦਾ ਹੈ ਤਾਂ ਤੂੰ ਸਾਧ ਸੰਗਤ ਵਿੱਚ ਜਾ ਕੇ ਗੁਰੂ ਦੀ ਸੰਗਤ ਵਿੱਚ ਬੈਠ ਕੇ ਆਪਣੀ ਹੋਮੇ ਦਾ ਤਿਆਗ ਕਰ ਦੇ, ਤੇਰੀ ਲੋਕਾਂ 'ਚ ਬੱਲੇ ਬੱਲੇ ਆਪੇ ਹੋ ਜਾਣੀ ਆ। ਫਿਰ ਗੁਰੂ ਜੀ ਅੱਗੇ ਕਹਿੰਦੇ ਨੇ, ਜੇ ਕੋ ਜਨਮ ਮਰਨ 'ਤੇ ਡਰੇ, ਜੇ ਤੈਨੂੰ ਇਹ ਫਿਕਰ ਮੈਂ ਨਰਕ 'ਚ ਨਾ ਚਲ ਜਾਵਾਂ, ਜਾਂ ਮੈਂ ਜਨਮ ਤੋਂ ਵੀ ਡਰਾਂ ਅਤੇ ਮਰਨ ਤੋਂ ਵੀ ਡਰਾਂ, ਭਾਵ ਕਿ ਜ਼ਿੰਦਗੀ 'ਚ ਜਦ ਡਰਦਾ ਤਾਂ ਕਹਿੰਦੇ ਸਾਰ ਜਨਾ ਕੀ ਸਰਨੀ ਪਰੇ, ਫਿਰ ਗੁਰਮੁਖਾਂ ਦੀ ਸੰਗਤ ਜਾਗ ਕਰ, ਜਿਹਦੇ ਕਾਰਨ ਕਰਕੇ ਤੇਰੇ ਅੰਦਰ ਗੁਰਮਤ ਦਾ ਗਿਆਨ ਆਵੇਗਾ ਜੀ, ਔਰ ਗਿਆਨ ਆਉਣ ਦੇ ਨਾਲ ਤੈਨੂੰ ਫਿਰ ਕਿਸੇ ਚੀਜ਼ ਤੋਂ ਡਰ ਨਹੀਂ ਲੱਗੇਗਾ। ਅਤੇ ਗੁਰੂ ਜੀ ਅੱਗੇ ਕਹਿੰਦੇ ਨੇ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕਹਿ ਬਲ ਬਲ ਜਾਸਾ, ਜਿਹਨਾਂ ਲੋਕਾਂ ਦੇ ਅੰਦਰ ਪ੍ਰਭੂ ਦੇ ਦਰਸ਼ਨਾਂ ਦੀ ਪਿਆਸ ਲੱਗ ਜਾਂਦੀ ਆ, ਭਾਵ ਕਿ ਮੈਨੂੰ ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨਪ੍ਰੀਤ ਚਰਨ ਕਮਲਾਰੇ, ਐਸੇ ਮਨੁੱਖ ਦੀ ਅਵਸਥਾ ਜਿਹੜੀ ਉੱਚੀ ਆ, ਜਿਹੜੇ ਰੱਬ ਤੋਂ ਸਵਾ ਹੋਰ ਕਿਸੇ ਦੇ ਨਾਲ ਜੁੜਨਾ ਨਹੀਂ ਚਾਹੁੰਦੇ, ਮੈਂ ਉਹਨਾਂ 'ਤੇ ਸਦਕੇ ਅਤੇ ਮੈਂ ਉਹਨਾਂ 'ਤੇ ਬਲਿਹਾਰ ਜਾਂਦਾ। ਇਹਦਾ ਭਾਵ ਇਹ ਹੋਇਆ ਕਿ ਇਹ ਗੁਰੂ ਦੇ ਸਿੱਖਾ, ਤੇਰਾ ਆਖਰੀ ਜਿਹੜਾ ਤੇਰਾ ਲਾਈਫ ਦਾ ਜਿਹੜਾ ਮੰਤਵ ਹੈਗਾ ਉਹ ਪ੍ਰਭੂ ਦੇ ਨਾਲ ਮਿਲਣਾ ਹੈਗਾ। ਪ੍ਰਭੂ ਨਾਲ ਮਿਲਣ ਵਾਸਤੇ ਤੈਨੂੰ ਆਪਣੀ ਹੰਗਤਾ, ਆਪਣਾ ਹੰਕਾਰ, ਆਪਣੇ ਅਪਰਾਧ ਤੈਨੂੰ ਛੱਡਣੀ ਪਏਗੀ, ਔਰ ਗੁਰੂ ਦੇ ਚਰਨਾਂ ਵਿੱਚ ਗੁਰ ਕੈ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹੇ, ਮਨ ਵੇਚੇ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਇਸ ਕਰਕੇ ਐ ਸਿੱਖਾ, ਗੁਰੂ ਦੇ ਮਿੱਠੇ ਬਚਨਾਂ ਨੂੰ, ਗੁਰੂ ਦੇ ਇੱਕ ਮਹਾਨ ਆਤਮਕ ਗਿਆਨ ਨੂੰ ਆਪਣੇ ਜੀਵਨ ਦਾ ਇੱਕ ਆਧਾਰ ਬਣਾ ਲਾ, ਆਧਾਰ ਬਣਾ ਕੇ ਉਸ 'ਤੇ ਚੱਲਣਾ ਸ਼ੁਰੂ ਕਰ ਦੇ।
one step by step, brick by brick, you will reach that destination. Jithe tainu duniya di koi taakat hor tainu utthon piche mod nahi sakdi. Right. Tu os avastha nu prapat karan ja os avastha nu rakhan layi handaun layi tu tan man tan bhi kurban kar dega. Ji. Par tu kadi oh thaan nahi chhaddega jis thaan te tainu satguru pahunchan layi prerna. ਕਿਉਂਕਿ ਅਟਲ ਵਿਸ਼ਵਾਸ ਹੋਏਗਾ ਤੇਰਾ ਉਸ ਸਤਿਗੁਰੂ ਦੇ ਜਿਹੜਾ ਉਪਦੇਸ਼ ਹੈ, ਪਰ ਉਸ ਵਾਸਤੇ ਮਿਹਨਤ ਕਰਨੀ ਪਏਗੀ. ਇੱਕ ਹੋਰ ਚੀਜ਼ ਗਿਆਨੀ ਜੀ, ਇਸ ਤੋਂ ਪਹਿਲਾਂ ਕਿ ਸਮਾਪਤੀ ਕਰੀਏ, ਕਿ ਅੱਜ ਇੱਕ ਨਵਾਂ ਟ੍ਰੈਂਡ ਜੋ ਵੇਖਣ ਨੂੰ ਮਿਲ ਰਿਹਾ ਕਿ ਅੱਜ ਇਹੀ ਏਜੰਸੀਆਂ ਜਿਨ੍ਹਾਂ ਨੂੰ ਅਸੀਂ ਨਾਂ ਦਿੱਤਾ, ਇਹ ਲੋਕ ਜਿਹੜੇ ਕਿ ਲੋਕਾਂ ਨੂੰ ਵਹਿਮਾਂ ਭਰਮਾਂ 'ਚ ਫਸਾਉਂਦੇ ਨੇ, ਇੱਥੋਂ ਤੱਕ ਗੱਲ ਆ ਗਈ ਕਿ ਹੁਣ ਉਹ ਜੇਕਰ ਜਾ ਕੇ, ਕਿਉਂਕਿ ਉਹਨਾਂ ਨੇ ਦੇਖਿਆ ਟ੍ਰੈਂਡ ਚੇਂਜ ਹੋ ਰਿਹਾ, ਤਾਂ ਇੰਨੇ ਪਾਠ ਕਰ ਲਓ ਤੁਸੀਂ. ਹੁਣ ਪਾਠ ਦਾ ਸਹਾਰਾ ਦਿੱਤਾ ਜਾਂਦਾ ਕਿ ਬਈ ਇਹ ਕਰ ਲਓ ਤੁਸੀਂ, ਚਲੋ ਇਹ ਨਾ ਕਰੋ ਕਿ ਜਾ ਕੇ ਤੁਸੀਂ ਕਿਸੇ ਨੂੰ ਦਾਲ ਪਾ ਦਿਓ ਜਾਂ ਕੁਝ ਹੋਰ ਕਰ ਲਓ, ਪਰ ਇਹ ਵੀ ਅਜੇ ਚੱਲਦਾ. ਅਸੀਂ ਐਜ਼ ਅ ਮੈਟਰ ਫੈਕਟ, ਇੱਕ ਵਾਰ ਮੇਰੇ ਕੋਲ ਇੱਥੇ ਪ੍ਰਬੰਧਕ ਆਏ ਸਨ ਕਿਸੇ ਗੁਰਦੁਆਰਾ ਸਾਹਿਬ ਦੇ, ਤਾਂ ਉਹ ਕਹਿੰਦੇ ਸੀ ਮੰਗਲਵਾਰ ਨੂੰ ਕਾਲੀ ਦਾਲ ਹੁੰਦੀ ਹੈ, ਬੁੱਧਵਾਰ ਨੂੰ ਕੋਈ ਜ਼ਿਆਦਾ ਦਾਲ, ਕਿ ਇਸ ਤਰ੍ਹਾਂ ਵੀਰਵਾਰ ਨੂੰ ਕੋਈ ਹੋਰ ਦਾਲਾਂ ਹੁੰਦੀਆਂ ਨੇ. ਸੋ ਇਹ ਸਾਰਾ ਚੱਕਰ ਤਾਂ ਹੈ ਹੀ ਹੈ, ਸਾਡੇ ਦਿਮਾਗ 'ਚ ਫਸਿਆ. ਪਰ ਨਾਲ ਹੁਣ ਇਹ ਵੀ ਕਿਹਾ ਜਾਂਦਾ ਜੀ, ਤੁਸੀਂ ਕੋਈ ਗੱਲ ਨਹੀਂ ਜੀ, 20 ਵਾਰੀ, 10 ਵਾਰੀ, 5 ਵਾਰੀ ਜੋ ਵੀ ਹੈਗਾ ਪਾਠ ਕਰ ਲਓ, ਅਤੇ ਤੁਹਾਡੇ ਇਹ ਜਿਹੜੇ ਮੁਸ਼ਕਲਾਂ ਨੇ ਇਹ ਖਤਮ ਹੋ ਜਾਣਗੀਆਂ. ਇਸ ਮੁਤਲਕ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਗੱਲ ਸੁਣੋ, ਪਾਠ ਕਰਨਾ ਕੋਈ ਮਾੜਾ ਕੰਮ ਨਹੀਂ, ਠੀਕ, ਰੈਪੀਟੀਸ਼ਨ ਕਰਨਾ ਵੀ ਕੋਈ ਮਾੜਾ ਕੰਮ ਨਹੀਂ ਜੀ. ਅਤੇ ਅਸਲ 'ਚ ਆਪੇ ਤੁਸੀਂ ਦਿਲ ਮਜ਼ਬੂਤ ਕਿਵੇਂ ਕਰਨਾ ਜੀ, ਆਪਣੇ ਆਪ ਨੂੰ ਸਟਰੋਂਗ ਕਿਵੇਂ ਕਰਨਾ. ਪਾਠ ਜਿਹੜਾ ਨਾ, ਜੇ ਪਾਠ ਕਰਦੇ ਨਾਲ ਸਤਿਗੁਰੂ ਜੀ ਨੇ ਆਖਿਆ ਕਿ ਜਿਹੜਾ ਬੰਦਾ ਬਹਾਦਰ ਹੁੰਦਾ ਹੈ ਉਹ ਨਾਮ ਜਪਣ ਵਾਲਾ ਹੀ ਹੁੰਦਾ. ਠੀਕ. ਹਾਂਜੀ. ਅਤੇ ਇਸ ਕਰਕੇ ਪਾਠ ਕਰਨ ਦੇ ਨਾਲ ਜੇ ਤਾਂ ਤੁਹਾਡਾ ਮਨ ਮਜ਼ਬੂਤ ਹੁੰਦਾ, ਤੁਹਾਨੂੰ ਗਿਆਨ ਪ੍ਰਾਪਤ ਹੁੰਦਾ, ਉਹ ਪਾਠ ਚੰਗਾ. ਪਰ ਉਹ ਇਹ ਨਹੀਂ ਕਿ 20 ਕਰੋ, 40 ਕਰੋ. ਹੋ ਸਕਦਾ ਤੁਹਾਡੇ ਇੱਕ ਵਾਰੀ ਪਾਠ ਕਰਨ ਦੇ ਨਾਲ ਵੀ ਤੁਹਾਡੇ ਅੰਦਰ ਮਜ਼ਬੂਤੀ ਆ ਜਾਏ. ਚਲੋ ਇੱਕ ਵਾਰ ਨਹੀਂ ਆਏ, ਦੂਜੀ ਵਾਰੀ ਕਰ ਲਓ, ਕਿ ਕਈਆਂ ਦਾ ਕਮਜ਼ੋਰ ਬਹੁਤ ਹੁੰਦਾ. ਹੁਣ ਜਿੱਦਾਂ ਕਦੇ ਕਹਿ ਲਓ ਕਿ ਕੱਪੜਾ ਬੜਾ ਗੰਦਾ ਹੁੰਦਾ, ਕਈ ਵਾਰ ਇੱਕ ਵਾਰ ਸਾਬਣ ਲਾਉਣਾ ਪੈਂਦਾ, ਇੱਕ ਵਾਰ ਦੂਜੀ ਵਾਰ ਲਾਉਣਾ ਚਾਹੀਦਾ. ਜੇ ਤਾਂ ਗੁਰਬਾਣੀ ਇਸ ਕਰਕੇ ਪੜ੍ਹਨੀ ਆ ਕਿ ਆਪਣੇ ਜਾਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਈਅਤ ਹੈ ਸੂਰਾ, ਆਤਮ ਜਿਹੜੇ ਸਗਲ ਵਸਤ ਆ ਕੇ ਜਾ ਕਾ ਸਤਿਗੁਰ ਪੂਰਾ, ਠਾਕਰ ਕਾਈਏ ਆਤਮ ਰੰਗ, ਨਾਮ ਤੇ ਆਵਣ ਸਰ. ਸੋ ਕਹਿਣ ਦਾ ਮੇਰਾ ਮਤਲਬ ਇਹ ਆ ਕਿ ਇਨਸਾਨ ਜਿਹੜਾ ਨਾ, ਨਾਮ ਤੇ ਆ ਕੇ ਬਾਣੀ ਪੜ੍ਹ ਕੇ ਜੇ ਆਪਣੇ ਮਨ ਨੂੰ ਇਤਨਾ ਮਜ਼ਬੂਤ ਕਰ ਲੈਂਦਾ ਕਿ ਉਹ ਐਰਾ ਗੈਰਾ ਦੀ ਪਰਵਾਹ ਨਹੀਂ ਕਰਦਾ, ਫਿਰ ਤਾਂ ਹੈਗਾ ਚੰਗਾ. ਪਰ ਜੇ ਉਹ ਕਹਿੰਦੇ ਇਸ ਕਰਦੇ ਨਾਲ ਤੇਰਾ ਕੰਮ ਸਾਰਾ ਹੋ ਜਾਏਗਾ, ਉਹ ਇੱਕ ਭੁਲੇਖਾ ਹੈ. ਤੁਹਾਡਾ ਬਹੁਤ ਧੰਨਵਾਦ ਜੀ. ਇਹ ਜੋ ਅਸੀਂ ਐਪੀਸੋਡਸ ਵਿੱਚ ਗੱਲਾਂ ਬਾਤਾਂ ਕੀਤੀਆਂ ਨੇ, ਜ਼ਰੂਰ ਇਸ ਤੋਂ ਸਾਨੂੰ ਲਾਭ ਮਿਲੇਗਾ, ਅਤੇ ਅਸੀਂ ਆਪ ਯਤਨ ਕਰਕੇ ਗੁਰੂ ਦੀ ਇਸ ਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਚਾਨਣ ਲਈਏ. ਤੁਹਾਡਾ ਧੰਨਵਾਦ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਇਸ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ. ਫੀਡਬੈਕ ਜ਼ਰੂਰ ਦੇਣਾ 604-603-7755 ਜਾਂ ਫਿਰ ਈਮੇਲ ਜ਼ਰੀਏ ਸੰਪਰਕ ਕਰ ਸਕਦੇ ਹੋ harpreetsingshow@gmail.com. ਗਿਆਨੀ ਸਵਰਨ ਸਿੰਘ ਜੀ ਨਾਲ ਡਾਇਰੈਕਟਲੀ ਗੱਲਬਾਤ ਕਰਨੀ ਹੋਏ ਤਾਂ 604-589-0761 'ਤੇ ਫੋਨ ਕਰ ਸਕਦੇ ਹੋ. ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਜੀ, ਫਿਰ ਮੁਲਾਕਾਤ ਕਰਾਂਗੇ. ਤਦ ਤੱਕ ਧੰਨਵਾਦ.